ਜੀ ਆਇਆਂ ਨੂੰ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ 'ਤੇ। ਜਿਵੇਂ ਕਿ ਆਪ ਸਭ ਨੂੰ ਪਤਾ, ਆਪਾਂ ਸਮੇਂ ਸਮੇਂ 'ਤੇ ਸੇਲ ਪਰਚੇਜ਼ ਦੇ ਪੁਆਇੰਟ ਤੋਂ ਘਰਾਂ ਦੀਆਂ ਸ਼ੋਅਰੂਮ ਐਗਰੀਕਲਚਰ ਲੈਂਡ ਦੇ ਸੰਬੰਧ ਦੇ ਵਿੱਚ ਵੀਡੀਓ ਅਪਡੇਟ ਕਰਦੇ ਹਾਂ ਆਪਣੇ ਚੈਨਲ ਦੇ ਉੱਪਰ। ਤੋ ਜੇ ਤੁਸੀਂ ਵੀ ਆਪਣੀ ਕੋਈ ਕਮਰਸ਼ੀਅਲ ਰੈਜੀਡੈਂਸ਼ੀਅਲ ਕੋਈ ਵੀ ਪ੍ਰੋਪਰਟੀ ਜਿਵੇਂ ਕਿ ਘਰ, ਪਲੋਟ, ਸ਼ੋਅਰੂਮ ਜਾਂ ਐਗਰੀਕਲਚਰ ਲੈਂਡ ਜਾਂ ਆਪਣੇ ਬਿਜ਼ਨਸ ਦੀ ਕੋਈ ਵੀ ਐਡ ਕਰਵਾਉਣਾ ਚਾਹੁੰਦੇ ਹੋ, ਆਪਣੇ ਨਾਲ ਸੰਪਰਕ ਕਰ ਸਕਦੇ ਹੋ। ਸੋ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਆਪਣੇ ਕੋਲ ਘਰ ਆਇਆ ਕੋਰਨਰ 300 ਗਜ਼ ਦਾ ਨੌਰਥ ਫੇਸਿੰਗ ਦੇ ਨਾਲ, ਜੋ ਕਿ ਪੰਜਾਬੀ ਯੂਨੀਵਰਸਿਟੀ ਹੈ, ਰਾਜਪੁਰਾ ਰੋਡ, ਲੰਡਨ ਸਟਰੀਟ ਦੇ ਓਪੋਜ਼ਿਟ, ਕਮਾਂਡੋ ਕੰਪਲੈਕਸ ਦੀ ਬੈਕ ਸਾਈਡ, ਸ਼ਾਟਪੁੱਟਾ ਰੋਡ ਦੇ ਉੱਪਰ ਇਹ 300 ਗਜ਼ ਦਾ ਘਰ ਰਹੇਗਾ ਕੋਰਨਰ ਨੌਰਥ ਫੇਸਿੰਗ ਦੇ ਨਾਲ। ਸੋ ਇਸ ਦੀ ਆਪਾਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਦਾਂਗੇ ਅਤੇ ਵੀਡੀਓ ਦੇ ਰਾਹੀਂ ਤੁਹਾਨੂੰ ਸਾਰਾ ਘਰ ਦਾ ਅੰਦਰੋਂ ਵਿਊ ਦਿਖਾਵਾਂਗੇ, ਸਾਰੀ ਡਿਟੇਲ ਦੇਵਾਂਗੇ। ਅਤੇ ਸਭ ਨੂੰ ਰਿਕੁਐਸਟ ਆਪਣੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਦੇ ਨਾਲ ਜੁਆਇਨ ਦੀ ਆਪਸ਼ਨ, ਉੱਥੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ। ਸੋ ਇਹ ਘਰ ਰਹੇਗਾ ਡੁਬਲਿਕਸ ਹਾਊਸ, ਇਹ ਰਹੇਗਾ 300 ਗਜ਼ ਦਾ ਕੋਰਨਰ ਹਾਊਸ ਨੌਰਥ ਫੇਸਿੰਗ ਦੇ ਨਾਲ, ਬਹੁਤ ਸੋਹਣਾ। ਇਹ NRI ਪਰਿਵਾਰ ਹੈ, ਇਹਨਾਂ ਨੇ ਆਪਣੇ ਲਈ ਬਣਾਇਆ ਸੀਗਾ ਕੁਛ ਸਮੇਂ ਪਹਿਲਾਂ, ਹੁਣ ਇਹ ਇਸ ਨੂੰ ਸੇਲ ਕਰ ਰਹੇ ਹਨ। ਅਤੇ ਫੁੱਲੀ ਫਰਨਿਸ਼ਡ ਇਹ ਰਹੇਗਾ। ਅਤੇ ਆਪਾਂ ਥੋੜ੍ਹਾ ਤੁਹਾਨੂੰ ਫਰੰਟ ਤੋਂ ਵਿਊ ਦਿਖਾ ਰਹੇ ਸੀਗੇ, ਸਾਈਡ ਤੋਂ ਹੁਣ ਦਿਖਾ ਰਹੇ ਸੀ, ਹੁਣ ਆਪਾਂ ਤੁਹਾਨੂੰ ਥੋੜ੍ਹਾ ਬੈਕ ਤੋਂ ਸਾਰਾ ਵਿਊ ਦਿਖਾ ਦਿੰਦੇ ਹਾਂ, ਤਾਂ ਕਿ ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਐਕਸੋਟ ਫੈਕਟਰੀ, ਰਾਜਪੁਰਾ ਰੋਡ, ਲੰਡਨ ਸਟਰੀਟ ਜਾਂ ਕਮਾਂਡੋ ਕੰਪਲੈਕਸ ਦੇ ਆਸ ਪਾਸ ਆਪਣਾ ਕੋਈ 300 ਗਜ਼ ਦੇ ਵਿੱਚ ਘਰ ਪਰਚੇਜ ਕਰਨਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਸੋ ਆਪਣਾ ਸੰਪਰਕ ਕਰ ਸਕਦੇ ਹੋ। ਇਹ ਦੀ ਬੈਕ ਸਾਈਡ ਰਹੇਗੀ। ਜੇ ਤੁਸੀਂ ਰੈਂਟ ਪਰਪਸ ਤੋਂ ਵੀ ਉੱਪਰ ਵਾਲਾ ਫਸਟ ਪੋਰਸ਼ਨ ਦੇਣਾ ਚਾਹੁੰਦੇ ਹੋ, ਫਸਟ ਫਲੋਰ, ਤਾਂ ਇਹਨਾਂ ਨੇ ਬੈਕ ਸਾਈਡ ਤੋਂ ਵੀ ਸਟੇਅਰ ਦਿੱਤੀਆਂ ਹਨ, ਅਤੇ ਤੁਸੀਂ ਸੈਪਰੇਟ ਬੈਕ ਸਾਈਡ ਤੋਂ ਵੀ ਆਪਣਾ ਜਿਹੜਾ ਪੋਰਸ਼ਨ ਹੈ ਰੈਂਟ ਪਰਪਸ ਤੋਂ ਵੀ ਦੇ ਸਕਦੇ ਹੋ। ਸੋ ਇਹ 6 ਬੈਡਰੂਮ ਜਿਹੜਾ BHK ਰਹੇਗਾ, ਇਹਦੇ 6 ਬੈਡਰੂਮ ਰਹਿਣਗੇ, 3 ਬੈਡਰੂਮ ਨੀਚੇ ਰਹਿਣਗੇ, 3 ਬੈਡਰੂਮ ਉੱਪਰ ਰਹਿਣਗੇ, ਅਤੇ ਬਾਕੀ ਆਪਾਂ ਵੀਡੀਓ ਦੇ ਰਾਹੀਂ ਤੁਹਾਨੂੰ ਸਾਰਾ ਦਿਖਾਉਂਦੇ ਚੱਲਾਂਗੇ। ਸੋ ਇਸ ਦਾ ਬੈਕ ਸਾਈਡ ਤੋਂ ਗੇਟ ਹੈ ਜਿਹੜਾ ਤੁਸੀਂ ਦੇਖ ਰਹੇ ਸੀਗੇ, ਅਤੇ ਇਹ ਇਸ ਦੀ ਸਾਈਡ ਤੋਂ ਰੋਡ ਆ। ਜਿਵੇਂ ਕਿ ਆਪਾਂ ਦੱਸਿਆ ਵੀ ਕੋਰਨਰ ਹਾਊਸ ਰਹੇਗਾ ਅੱਛੀ ਫੇਸਿੰਗ ਦੇ ਨਾਲ, ਨੌਰਥ ਫੇਸਿੰਗ ਦੇ ਨਾਲ। ਸੋ ਬਹੁਤ ਵਧੀਆ ਇਹ ਘਰ ਬਣ ਕੇ ਤਿਆਰ ਹੋਇਆ। ਅਤੇ ਇਸ ਦੀ ਜੋ ਇਹਨਾਂ ਨੇ ਡਿਮਾਂਡ ਰੱਖੀ ਆ, ਉਹ ਜੀ ਇਹਨਾਂ ਦੀ ਡਿਮਾਂਡ 90 ਲੱਖ ਰੁਪਇਆ ਡਿਮਾਂਡ ਹੈ ਜੀ ਇਹਨਾਂ ਦੀ, 90 ਲੱਖ ਦਾ ਇਹਨਾਂ ਨੇ ਸੇਲ ਕਰਨਾ ਹੈ ਘਰ। ਅਤੇ ਜੇ ਤੁਸੀਂ ਵੀ ਇਸੇ ਤਰ੍ਹਾਂ ਦਾ ਕਿ ਆਪਣਾ ਘਰ, ਸ਼ੋਅਰੂਮ, ਪਲੋਟ ਸੇਲ ਕਰਨਾ ਚਾਹੁੰਦੇ ਹੋ, ਆਪਣਾ ਸੰਪਰਕ ਕਰ ਸਕਦੇ ਹੋ। ਸੋ ਇਸ ਦਾ ਕਾਰ ਪਾਰਕਿੰਗ ਏਰੀਆ ਰਹੇਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਜਿਸ ਦੇ ਵਿੱਚ ਸਾਹਮਣੇ ਤੁਸੀਂ ਆਲਰੇਡੀ ਦੇਖ ਰਹੇ ਹੋ ਇੱਕ ਗੱਡੀ ਵੱਡੀ ਪਾਰਕ ਹੋਈ ਹੋਈ ਆ। ਅਤੇ ਇਸ ਤਰ੍ਹਾਂ ਦੀਆਂ ਤੁਸੀਂ ਵੀ ਆਪਣੀਆਂ 2 ਵਧੀਆ ਵੱਡੀਆਂ ਗੱਡੀਆਂ SUV ਟਾਈਪ ਈਜ਼ੀਲੀ ਪਾਰਕ ਕਰ ਸਕਦੇ ਹੋ। ਸੋ ਕਾਫੀ ਅੱਛੀ ਕਾਰ ਪਾਰਕਿੰਗ ਰਹੇਗੀ ਫਰੰਟ ਦੇ ਉੱਪਰ, ਅਤੇ ਸਾਈਡ ਦੇ ਉੱਪਰ ਵੀ ਤੁਸੀਂ ਆਪਣੇ 2 ਵਹੀਕਲ ਵਗੈਰਾ ਈਜ਼ੀ ਵਧੀਆ 3-4 ਜਿੰਨੇ ਵੀ 2 ਵਹੀਕਲ ਵਗੈਰਾ ਆਪਣੇ ਪਾਰਕ ਕਰਨਾ ਚਾਹੁੰਦੇ ਹੋ ਪਾਰਕ ਕਰ ਸਕਦੇ ਹੋ। ਸੋ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਇਹ ਜਿਹੜੀ ਆਪਣੇ ਕੋਲ ਪ੍ਰੋਪਰਟੀ ਆਈ ਆ ਸੇਲ ਦੇ ਲਈ, ਇਸ ਦੇ ਸੰਬੰਧ ਦੇ ਵਿੱਚ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ। ਸੋ ਆਪਾਂ ਹੁਣ ਤੁਹਾਨੂੰ ਥੋੜ੍ਹਾ ਸਾਈਡ ਤੋਂ ਜਿਹੜਾ ਬਾਹਰ ਦਾ ਵਿਊ ਉਹ ਦਿਖਾਵਾਂਗੇ ਅਤੇ ਬੈਕ ਸਾਈਡ 'ਤੇ ਲੈ ਕੇ ਚੱਲਾਂਗੇ, ਤਾਂ ਜੋ ਤੁਹਾਨੂੰ ਪ੍ਰੋਪਰ ਸਾਰਾ ਆਈਡੀਆ ਹੋ ਸਕੇ। ਜੇ ਤੁਹਾਡੀ ਟ੍ਰਾਂਸਫਰ ਪੰਜਾਬੀ ਯੂਨੀਵਰਸਿਟੀ ਐਕਸੋਟ ਫੈਕਟਰੀ 'ਚ ਹੋ ਰਹੀ ਹੈ, ਕਮਾਂਡੋ ਕੰਪਲੈਕਸ ਦੇ ਵਿੱਚ ਤੁਸੀਂ ਟ੍ਰਾਂਸਫਰ ਹੋ ਰਹੇ ਹੋ, ਤਾਂ ਉਸ ਦੇ ਬਿਲਕੁਲ ਨਾਲ ਹੀ ਅੱਛੀ ਪ੍ਰੋਪਰਟੀ ਆ ਆਪਣੇ ਕੋਲ ਸੇਲ ਦੇ ਲਈ।
ਅਤੇ ਇਸੇ ਤਰ੍ਹਾਂ ਦੀਆਂ ਪ੍ਰੋਪਰਟੀ ਆਪਾਂ ਵੀਡੀਓ ਆਪਣੇ ਚੈਨਲ 'ਤੇ ਅਪਡੇਟ ਕਰਦੇ ਰਹਿੰਦੇ ਹਾਂ। ਜੇ ਤੁਸੀਂ ਪਟਿਆਲੇ ਦੇ ਵਿੱਚ ਕਿਤੇ ਹੋਰ ਆਪਣਾ ਕੋਈ ਘਰ ਲੈਣਾ ਚਾਹੁੰਦੇ ਹੋ, ਆਪਣੇ ਚੈਨਲ ਦੇ ਉੱਪਰ ਯੂਟਿਊਬ ਦੇ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ 'ਤੇ ਸਰਚ ਕਰਕੇ ਪਟਿਆਲੇ ਦੇ ਵਿੱਚ ਕੋਈ ਵੀ ਕਿਸੇ ਵੀ ਸਾਈਡ 'ਤੇ ਘਰ ਪਰਚੇਜ਼ ਕਰਨਾ ਚਾਹੁੰਦੇ ਹੋ ਜਾਂ ਸੇਲ ਕਰਨਾ ਚਾਹੁੰਦੇ ਹੋ, ਤੁਸੀਂ ਸਰਚ ਕਰ ਸਕਦੇ ਹੋ। ਇਸ ਦਾ ਬੈਕ ਸਾਈਡ ਸਾਰਾ ਵਿਊ ਰਹੇਗਾ, ਬੈਕ ਸਾਈਡ ਦਾ ਗੇਟ ਰਹੇਗਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਬਾਹਰ ਤੋਂ ਦਿਖਾਇਆ ਸੀਗਾ। ਹੁਣ ਆਪਾਂ ਅੰਦਰ ਚੱਲਾਂਗੇ, ਅੰਦਰ ਚੱਲ ਕੇ ਤੁਹਾਨੂੰ ਜਿੰਨਾ ਸਾਰਾ ਵਿਊ ਆ ਉਹ ਦਿਖਾਵਾਂਗੇ। ਸੋ ਇਹ ਇਸ ਦਾ ਮੇਨ ਇੰਟਰੈਂਸ ਗੇਟ ਰਹੇਗਾ। ਸੋ ਵਧੀਆ ਸਾਰਾ ਲੱਕੜ ਦਾ ਜਿਹੜਾ ਕੰਮ ਹੋਇਆ ਹੈ, ਪੀ ਓ ਪੀ ਦਾ ਕੰਮ ਹੋਇਆ, ਜਿਹੜੀਆਂ ਵੀ ਪੱਥਰ ਦਾ ਜਿੰਨਾ ਵੀ ਕੰਮ ਹੋਇਆ, ਬਹੁਤ ਅੱਛਾ ਕੰਮ ਹੋਇਆ। ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਦੱਸਦੇ ਵੀ ਚੱਲਾਂਗੇ। ਸੋ ਇਹ ਲੋਬੀ ਏਰੀਆ ਰਹੇਗਾ, ਉੱਪਰ ਕੇ ਜਿਵੇਂ ਤੁਸੀਂ ਪੀ ਓ ਪੀ ਦਾ ਕੰਮ ਦੇਖ ਰਹੇ ਹੋ, ਡਾਊਨ ਸੀਲਿੰਗ ਦਾ ਦੇਖ ਰਹੇ ਹੋ। ਸੋ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪ ਇਹ ਕੋਠੀ ਤਿਆਰ ਕਰਾਈ ਸੀ। ਸੋ ਐੱਨ ਆਰ ਆਈ ਪਰਿਵਾਰ ਨੇ, ਪਰ ਹੁਣ ਇਹ ਸੇਲ ਕਰ ਰਹੇ ਹਨ ਅਤੇ ਬਾਹਰ ਸੈਟਲ ਹਨ, ਇਸੇ ਕਰਕੇ ਆਪਣੀ ਇਸ ਕੋਠੀ ਨੂੰ ਸੇਲ ਕਰ ਰਹੇ ਹਨ। ਅਤੇ ਜਿੰਨਾ ਫੁੱਲੀ ਫਰਨਿਸ਼ਡ ਰਹੇਗੀ ਇਹ, ਅਤੇ ਐਜ਼ ਇਟ ਜਿੰਨਾ ਸਮਾਨ ਲੱਗਾ ਹੋਇਆ ਨਾਲ ਸੇਲ ਕਰਨਗੇ, ਜਿੰਨਾ ਘਰ ਦੇ ਵਿੱਚ ਲੱਗਾ ਹੋਇਆ। ਸੋ ਇਸ ਦੀ ਓਪਨ ਰਸੋਈ ਰਹੇਗੀ ਜਿਹੜੀ ਤੁਸੀਂ ਫਰੰਟ 'ਤੇ ਦੇਖ ਰਹੇ ਹੋ। ਸੋ ਇਹ ਓਪਨ ਰਸੋਈ ਹੈ, ਅਤੇ ਓਪਨ ਰਸੋਈ ਦੇ ਵਿੱਚ ਸਾਰੇ ਅਲਮੀਰਾ ਵਗੈਰਾ, ਕੱਪਬੋਰਡ, ਸੈਲਫਾਂ ਵਗੈਰਾ ਸਾਰਾ ਕੁਛ ਬਣਿਆ ਹੋਇਆ, ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਸੋ ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਪਾਸ ਵਧੀਆ ਆਪਣੀ ਕੋਈ ਪ੍ਰੋਪਰਟੀ ਪਰਚੇਜ਼ ਕਰਨਾ ਚਾਹੁੰਦੇ ਹੋ ਰੈਜੀਡੈਂਸ਼ੀਅਲ, ਆਪਣੇ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਯੂਟਿਊਬ ਦੇ ਕਮੈਂਟ ਬਾਕਸ ਦੇ ਵਿੱਚ ਵੀ ਆ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਆਪਾਂ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਰਾਈਟ ਡਾਊਨ ਕਰਾਂਗੇ। ਸੋ ਇਹ ਵਿੰਡੋ ਰਹੇਗੀ ਜੀ ਬਾਹਰ ਤੋਂ, ਜਿਹਦੇ ਤੁਸੀਂ ਲੇਡੀਜ਼ ਵਗੈਰਾ ਕੰਮ ਕਰਦੇ ਨੇ ਨਿਗਾਹ ਰੱਖ ਸਕਦੇ ਨੇ ਆਪਣੀ ਸੇਫਟੀ ਤੋਂ, ਸਿਕਿਉਰਿਟੀ ਪੁਆਇੰਟ ਤੋਂ। ਸੋ ਇਹ ਸਾਰਾ ਲੋਬੀ ਏਰੀਆ ਰਹੇਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਇਹ ਜੇ ਆਪਾਂ ਇੰਟਰ ਕਰਦੇ ਹਾਂ ਮੇਨ ਗੇਟ ਤੋਂ, ਇਹ ਆ ਜਾਏਗਾ ਜੀ ਡਰਾਇੰਗ ਰੂਮ ਲੈਫਟ ਹੈਂਡ ਸਾਈਡ ਦੇ ਉੱਪਰ ਜਿਹੜਾ ਅਸੀਂ ਸਾਰਾ ਦੇਖ ਰਹੇ ਹਾਂ। ਅਤੇ ਇਸ ਦੇ ਵਿੱਚ ਉੱਪਰ ਜਿਵੇਂ ਆਪਾਂ ਦੱਸਿਆ ਜੀ ਡਾਊਨ ਸੀਲਿੰਗ, ਪੀ ਓ ਪੀ ਸਾਰਾ ਕੰਮ ਇਹਨਾਂ ਦਾ ਹੋਇਆ ਹੋਇਆ ਸਾਰਾ। ਅਤੇ ਡਰਾਇੰਗ ਰੂਮ ਦੇ ਨਾਲ ਹੀ ਵਾਸ਼ਰੂਮ ਆ ਜਾਏਗਾ ਗੈਸਟ ਦੇ ਵਾਸਤੇ, ਕੋਈ ਆਪਣੇ ਪਰਸਨ ਆਉਂਦੇ ਹਨ ਘਰ ਦੇ ਵਿੱਚ ਨਹਾਉਣ ਜਾਣ ਨਹਾਉਣ ਕੋਈ ਵੀ ਆਉਂਦੇ ਹਨ, ਅਤੇ ਬਾਹਰ ਤੋਂ ਇੰਟਰੀ ਰਹੇਗੀ ਡਰਾਇੰਗ ਰੂਮ ਦੇ ਨਾਲ ਹੀ ਵਾਸ਼ਰੂਮ ਦੀ। ਸੋ ਸਾਰੇ ਹੀ ਵੱਡੇ ਵਾਸ਼ਰੂਮ ਹਨ, ਵਾਸ਼ਰੂਮਾਂ ਦੇ ਵਿੱਚ ਟਾਇਲ ਵਗੈਰਾ, ਸੀਟ ਵਗੈਰਾ, ਜਿੰਨੀਆਂ ਟੈਬ ਵਗੈਰਾ ਹਨ ਸਾਰਾ ਕੰਪਲੀਟ ਆ। ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਜੇ ਆਪਾਂ ਦੱਸਿਆ ਰਾਜਪੁਰਾ ਰੋਡ, ਲੰਡਨ ਸਟਰੀਟ, ਕਮਾਂਡੋ ਕੰਪਲੈਕਸ, ਐਕਸੌਟ ਫੈਕਟਰੀ ਦੇ ਕੋਲ ਰੈਡੀ ਟੂ ਮੂਵ ਆਪਣਾ ਘਰ ਪਰਚੇਜ ਕਰਨਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਹਮਣੇ ਇੱਕ ਰੂਮ ਜਿਹੜਾ ਤੁਸੀਂ ਦੇਖ ਰਹੇ ਸੀ ਇਹ ਬੰਦ ਆ, ਅਤੇ ਨੀਚੇ ਤਿੰਨ ਰੂਮ ਰਹਿਣਗੇ, ਥ੍ਰੀ ਰੂਮ ਸੈੱਟ ਰਹਿਣਗੇ। ਅਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹ ਦਿਖਾਉਂਦੇ ਹਾਂ, ਅਤੇ ਉਸ ਤੋਂ ਪਹਿਲਾਂ ਇਸ ਸਾਈਡ 'ਤੇ ਇੱਕ ਛੋਟੀ ਜਗ੍ਹਾ ਰਹੇਗੀ ਜਿੱਥੇ ਤੁਸੀਂ ਜਿਸ ਨੂੰ ਐਜ ਏ ਰਸੋਈ ਵੀ ਯੂਜ਼ ਕਰ ਸਕਦੇ ਹੋ, ਐਜ ਏ ਹੋਰ ਕੰਮ ਕਿਸੇ ਲਈ ਵੀ ਯੂਜ਼ ਕਰਨਾ ਚਾਹੁੰਦੇ ਹੋ ਇਸ ਨੂੰ ਤੁਸੀਂ ਕਰ ਸਕਦੇ ਹੋ। ਸੋ ਇਸ ਪੌੜੀਆਂ ਦੇ ਨੀਚੇ ਜਗ੍ਹਾ ਆ ਜਾਏਗੀ ਜਿਹੜੀ ਤੁਸੀਂ ਦੇਖ ਰਹੇ ਹੋ, ਤਾਂ ਸਾਹਮਣੇ ਜਿੱਥੇ ਉਹ ਇੱਕ ਰੂਮ ਰਹੇਗਾ, ਅਤੇ ਦੂਸਰਾ ਰੂਮ ਇਹ ਰਹੇਗਾ ਜਿਹੜਾ ਕਿ ਅਟੈਚ ਬਾਥਰੂਮ ਰਹੇਗਾ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰਾ। ਸੋ ਸਾਰੇ ਹੀ ਰੂਮਾਂ ਦੇ ਵਿੱਚ ਨੀਚੇ ਕੱਪਬੋਰਡ ਵਗੈਰਾ ਬਣੇ ਹੋਏ ਹਨ, ਉੱਪਰ ਵੀ ਬਣੇ ਹੋਏ ਹਨ, ਇੱਕ ਰੂਮ ਦੇ ਵਿੱਚ ਨਹੀਂ ਹਨ। ਅਤੇ ਜਿੱਥੇ ਜਿੱਥੇ ਹੈਗੇ ਆਪਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਚੱਲਾਂਗੇ, ਟਰਾਈ ਕਰਾਂਗੇ ਸਾਰਾ ਦਿਖਾ ਸਕੀਏ। ਸੋ ਇਸ ਥਰਡ ਆਪਣਾ ਬੈੱਡਰੂਮ ਰਹੇਗਾ ਅਟੈਚ ਬਾਥਰੂਮ, ਅਤੇ ਜਿਹੜੇ ਵਾਸ਼ਰੂਮ ਵਗੈਰਾ ਉਹ ਵੀ ਅੱਛੀ ਕੁਆਲਿਟੀ ਦੀ, ਸਾਰੀਆਂ ਟਾਇਲ ਵਗੈਰਾ, ਟੈਬ ਵਗੈਰਾ ਜੇ ਆਪਾਂ ਦੱਸਿਆ ਸਭ ਯੂਜ਼ ਕੀਤੀਆਂ ਹੋਈਆਂ ਹਨ, ਕੱਪਬੋਰਡ ਵਗੈਰਾ ਬਣੇ ਹੋਏ ਹਨ। ਸੋ ਇਹ ਇਹਨਾਂ ਨੇ ਜਿਹੜਾ ਘਰ ਆਪ ਤਿਆਰ ਕੀਤਾ ਸੀ ਆਪਣੇ ਹੱਥੀਂ,
ਪਰ ਹੁਣ ਇਹ ਬਾਹਰ ਸੈਟਲ ਨੇ ਜਿਵੇਂ ਆਪਾਂ ਦੱਸਿਆ ਅਤੇ ਸੇਲ ਕਰਕੇ ਜਾ ਰਹੇ ਹਨ। ਸੋ ਇਹ ਵਾਸ਼ਰੂਮ ਰਹੇਗਾ ਜਿਹੜਾ ਦੋਨਾਂ ਹੀ ਰੂਮਾਂ ਦੇ ਨਾਲ ਅਟੈਚ ਰਹੇਗਾ। ਜਿਹੜੇ ਨੀਚੇ ਹਨ, ਜਿਹੜਾ ਪਹਿਲਾ ਰੂਮ ਦਿਖਾਇਆ ਸੀਗਾ, ਅਤੇ ਦੂਸਰਾ ਇਹ ਰੂਮ ਰਹੂਗਾ। ਸੋ ਆਪਾਂ ਟਰਾਈ ਕਰਦੇ ਹਾਂ, ਸਾਰਾ ਤੁਹਾਨੂੰ ਦਿਖਾਉਂਦੇ ਚੱਲਾਂਗੇ। ਅਤੇ ਸਭ ਨੂੰ ਰਿਕੁਐਸਟ ਆਪਣੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਸਬਸਕ੍ਰਾਈਬ ਦੇ ਨਾਲ ਜੁਆਇਨ ਦੀ ਆਪਸ਼ਨ ਆ, ਉੱਥੇ ਆ ਕੇ ਤੁਸੀਂ ਸਾਡੀ ਸਪੋਰਟ ਵੀ ਕਰ ਸਕਦੇ ਹੋ। ਸੋ ਇਹ ਫਸਟ ਫਲੋਰ ਰਹੇਗਾ, ਜਿਵੇਂ ਆਪਾਂ ਦੱਸਿਆ ਡੁਬਲੈਕਸ ਹਾਊਸ ਰਹੂਗਾ ਜੀ। ਅਤੇ ਇਸ ਦੇ ਉੱਪਰ ਝੂੰਮਰ ਵਗੈਰਾ ਦੀ ਵੀ ਇਹਨਾਂ ਨੇ ਇੱਥੇ ਪ੍ਰੋਵੀਜ਼ਨ ਦਿੱਤੀ ਹੋਈ ਆ। ਅਤੇ ਇਸ ਦੇ ਨਾਲ ਇਹਨਾਂ ਨੇ ਸੋਲਰ ਸਿਸਟਮ, CCD ਕੈਮਰੇ ਜਿਹੜੇ ਹਨ, ਸਾਰਿਆਂ ਦੀ ਪ੍ਰੋਵੀਜ਼ਨ ਹੈ। ਸੋਲਰ ਸਿਸਟਮ ਦੀ ਪ੍ਰੋਵੀਜ਼ਨ ਹੈ, ਜੇ ਤੁਸੀਂ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਆਪਣਾ ਸੋਲਰ ਸਿਸਟਮ ਲਵਾ ਸਕਦੇ ਹੋ। ਹਰੇਕ ਚੀਜ਼ ਦੀ ਇਹਨਾਂ ਨੇ ਇਸ ਘਰ ਦੇ ਵਿੱਚ ਪ੍ਰੋਵੀਜ਼ਨ ਦਿੱਤੀ ਹੋਈ ਹੈ, ਸੋਲਰ ਸਿਸਟਮ ਦੀ, CCD ਕੈਮਰੇ ਦੀ, ਸਾਰੇ ਦੀ। ਜਿਵੇਂ ਝੂੰਮਰ ਵੀ ਤੁਸੀਂ ਉੱਪਰ ਲਾ ਸਕਦੇ ਹੋ, ਉਸ ਚੀਜ਼ ਦੇ ਵੀ ਇਹਨਾਂ ਨੇ ਪੁਆਇੰਟ ਛੱਡੇ ਹੋਏ ਹਨ। ਸੋ ਇਸ ਦਾ ਫਸਟ ਫਲੋਰ ਦੇ ਉੱਪਰ ਮੇਨ ਲੌਬੀ ਏਰੀਆ ਰਹੇਗਾ, ਜਿਵੇਂ ਕਿ ਤੁਹਾਨੂੰ ਦਿਖਾ ਰਹੇ ਸੀਗੇ ਆਪਾਂ। ਅਤੇ ਇਹ ਜਿਹੜਾ ਇਹ ਸਟੱਡੀ ਰੂਮ ਰਹੇਗਾ ਛੋਟਾ, ਜਿਸ ਨੂੰ ਐਜ ਏ ਸਟੱਡੀ ਰੂਮ ਵੀ ਯੂਜ਼ ਕਰ ਸਕਦੇ ਹੋ, ਚਾਈਲਡ ਲਈ, ਬੱਚਿਆਂ ਲਈ ਯੂਜ਼ ਕਰ ਸਕਦੇ ਹੋ। ਇਹਨਾਂ ਨੇ ਇਸ ਨੂੰ ਸਟੱਡੀ ਰੂਮ ਯੂਜ਼ ਕਰ ਰਹੇ ਹਨ। ਅਤੇ ਇਸ ਦੇ ਨਾਲ ਦੋ ਰੂਮ ਉੱਪਰ ਹੋਰ ਰਹਿਣਗੇ, ਅਤੇ ਦੋਨਾਂ ਹੀ ਰੂਮਾਂ ਦੇ ਨਾਲ ਅਟੈਚ ਬਾਥਰੂਮ ਰਹੇਗਾ, ਅਤੇ ਨਾਲ ਇੱਕ ਛੋਟੀ ਰਸੋਈ ਰਹੇਗੀ। ਜਿਵੇਂ ਕਿ ਦੇਖ ਰਹੇ ਹੋ, ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਕਿ ਸਟਾਰਟਿੰਗ ਦੇ ਵਿੱਚ ਤੁਸੀਂ ਜੇ ਫਸਟ ਫਲੋਰ ਰੈਂਟ ਲਈ ਦੇਣਾ ਚਾਹੁੰਦੇ ਹੋ ਤਾਂ ਰੈਂਟ ਲਈ ਵੀ ਦੇ ਸਕਦੇ ਹੋ। ਇਹਨਾਂ ਨੇ ਉਸ ਪੁਆਇੰਟ ਨਾਲ ਵੀ ਤਿਆਰ ਕੀਤਾ, ਬੈਕ ਸਾਈਡ ਤੋਂ ਪੌੜੀਆਂ ਹਨ, ਸਟੇਅਰ ਹਨ, ਅਤੇ ਸੈਪਰੇਟ ਇਸ ਦੀ ਇੰਟਰੀ ਹੋ ਜਾਵੇਗੀ। ਸੋ ਇਹ ਉੱਪਰ ਰੂਮ ਰਹੇਗਾ ਫਸਟ ਫਲੋਰ ਦੇ, ਅਤੇ ਇਸ ਦੇ ਨਾਲ ਸਾਰਾ ਤੁਸੀਂ ਦੇਖ ਰਹੇ ਹੋ। ਅਤੇ ਇਸ ਦੇ ਬਿਲਕੁਲ ਹੀ ਨਾਲ ਦੂਸਰੀ ਸਾਈਡ 'ਤੇ ਦੂਸਰਾ ਰੂਮ ਆ ਜਾਵੇਗਾ, ਅਤੇ ਉਸ ਦੇ ਨਾਲ ਉਸ ਦੇ ਵਿੱਚ ਕੱਪਬੋਰਡ ਵਗੈਰਾ ਬਣੇ ਹੋਏ ਹਨ, ਅਤੇ ਵਾਸ਼ਰੂਮ ਅਟੈਚ ਰਹੇਗਾ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ। ਇਹ ਵਾਸ਼ਰੂਮ ਦੀ ਪ੍ਰੋਵੀਜ਼ਨ ਹੈ, ਅਤੇ ਇਸ ਦੇ ਵਿੱਚ ਕੱਪਬੋਰਡ ਵਗੈਰਾ ਬਣੇ ਹੋਏ ਹਨ। ਤਾਂ ਮੋਸਟਲੀ ਜਿੰਨਾ ਫਰਨੀਚਰ ਦਾ ਕੰਮ ਹੋਇਆ ਇਸ ਘਰ ਦੇ ਵਿੱਚ, ਅਤੇ ਅੱਛੀ ਕੁਆਲਿਟੀ ਦੀ ਸਾਰੀ ਟਾਇਲ ਵਗੈਰਾ, ਲੱਕੜ ਵਗੈਰਾ ਸਾਰੀ ਯੂਜ਼ ਕੀਤੀ ਗਈ ਆ। ਸੋ ਇਹ 300 ਗਜ ਦਾ ਘਰ ਆ ਜੀ ਆਪਣੇ ਕੋਲ, ਜਿਹੜਾ ਫੋਲ ਸੇਲ ਆਇਆ ਹੈ ਪੰਜਾਬੀ ਯੂਨੀਵਰਸਿਟੀ ਦੇ ਕੋਲ। ਸੋ ਇਹ ਹੁਣ ਆਪਾਂ ਤੁਹਾਨੂੰ ਬਾਹਰ ਲੈ ਕੇ ਚੱਲਾਂਗੇ, ਬਾਲਕੋਨੀ ਵਿਊ ਦਿਖਾਵਾਂਗੇ ਬਾਹਰ ਤੋਂ। ਇਹ ਤੁਸੀਂ ਸਾਰਾ ਦੇਖ ਰਹੇ ਹੋ, ਆਸੇ ਪਾਸੇ ਦੀ ਘਰ ਦੇਖ ਰਹੇ ਹੋ, ਫੁੱਲੀ ਡਿਵੈਲਪ ਕਲੋਨੀ ਹੈ, ਸਾਰੇ ਇੱਥੇ ਘਰ ਬਣੇ ਹੋਏ ਹਨ। ਰਾਜਪੁਰਾ ਰੋਡ ਦੇ ਬਿਲਕੁਲ ਨਾਲ ਹੈ, 5 ਮਿੰਟ ਦੀ ਡਰਾਈਵ ਦੇ ਉੱਪਰ, ਅਤੇ ਪੰਜਾਬੀ ਯੂਨੀਵਰਸਿਟੀ ਤੋਂ 10 ਮਿੰਟ ਦੀ ਡਰਾਈਵ 'ਤੇ ਹੈ। ਕਮਾਂਡੋ ਕੰਪਲੈਕਸ ਦੀ ਬਿਲਕੁਲ ਬੈਕ ਸਾਈਡ 'ਤੇ ਹੈ, ਲੰਡਨ ਸਟਰੀਟ ਦੇ ਬਿਲਕੁਲ ਓਪੋਜ਼ਿਟ ਹੈ, 5 ਤੋਂ 7 ਮਿੰਟ ਦੀ ਡਰਾਈਵ ਦੇ ਉੱਪਰ। ਸੋ ਵਧੀਆ ਅੱਛੀ ਜਗ੍ਹਾ ਦੇ ਉੱਪਰ, ਅੱਛੀ ਲੋਕੇਸ਼ਨ ਦੇ ਉੱਪਰ ਹੈ। 300 ਗਜ ਦਾ ਘਰ, ਕਾਰਨਰ ਹਾਊਸ ਹੈ ਜੀ, ਨੌਰਥ ਫੇਸਿੰਗ ਡਬਲ ਸਟੋਰੀ ਡੁਬਲੈਕਸ ਹਾਊਸ ਰਹੇਗਾ, ਜਿਹਦੇ ਵਿੱਚ 6 ਬੈਡਰੂਮ ਰਹਿਣਗੇ, ਅਤੇ ਬਾਕੀ ਖੁੱਲ੍ਹੀ ਕਾਰ ਪਾਰਕਿੰਗ ਰਹੇਗੀ। ਇਹ ਤੁਸੀਂ ਇਸ ਦਾ ਫਰੰਟ ਫਸਟ ਫਲੋਰ ਤੋਂ ਬਾਹਰ ਤੋਂ ਬਾਲਕੋਨੀ ਵਿਊ ਦੇਖ ਰਹੇ ਹੋ। 2 ਬਾਲਕੋਨੀਆਂ ਰਹਿਣਗੀਆਂ, ਇੱਕ ਉਸ ਸਾਈਡ 'ਚ ਆਪਾਂ ਬਾਹਰ ਆਏ ਸੀ, ਇੱਕ ਇਸ ਸਾਈਡ ਰਹੇਗੀ। ਸੋ ਆਪਾਂ ਟਰਾਈ ਕਰਦੇ ਹਾਂ ਵੱਧ ਤੋਂ ਵੱਧ ਸਾਰਾ ਤੁਹਾਨੂੰ ਦਿਖਾ ਸਕੀਏ। ਜੇ ਤੁਸੀਂ ਵੀ ਇਸੇ ਤਰ੍ਹਾਂ ਦੀ ਕੋਈ ਆਪਣੀ ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਦੀ ਐਡ ਕਰਵਾਉਣਾ ਚਾਹੁੰਦੇ ਹੋ, ਘਰ, ਹਾਊਸ, ਸ਼ੋਰੂਮ ਜਾਂ ਐਗਰੀਕਲਚਰ ਲੈਂਡ ਜਾਂ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾਉਣਾ ਚਾਹੁੰਦੇ ਹੋ, ਸਾਡੇ ਨਾਲ ਦਿੱਤੇ ਹੋਏ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ। ਅਤੇ ਸਭ ਨੂੰ ਰਿਕੁਐਸਟ ਆ ਆਪਣੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਬਸਕ੍ਰਾਈਬ ਦੇ ਨਾਲ ਜੁਆਇਨ ਦੀ ਆਪਸ਼ਨ ਆ, ਉੱਥੇ ਜਾ ਕੇ ਤੁਸੀਂ ਸਾਡੀ ਸਪੋਰਟ ਵੀ ਕਰ ਸਕਦੇ ਹੋ। ਸੇਮ ਨਾਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਹੈ, ਅਤੇ ਉੱਥੇ ਵੀ ਆਪਾਂ ਪ੍ਰੋਪਰਟੀ ਦੀਆਂ ਵੀਡੀਓ ਸਾਰੀਆਂ ਅਪਡੇਟ ਕਰਦੇ ਹਾਂ, ਟਰੈਵਲ ਦੀਆਂ। ਸਭ ਨੂੰ ਰਿਕੁਐਸਟ ਆ ਉੱਥੇ ਵੀ ਜੀ ਫੋਲੋ ਕਰੋ। ਸਭ ਸਾਰਿਆਂ ਦਾ ਧੰਨਵਾਦ।